ਅੱਜ ਤੱਕ ਤੁਸੀਂ ਕਈ ਤਰ੍ਹਾਂ ਦੇ ਲੰਗਰ ਵੇਖੇ ਹੋਣਗੇ ਜਿੱਥੇ ਕਿ ਕਈ ਲੋਕ ਦਾਅਵਾ ਕਰਦੇ ਨੇ ਕਿ ਅਸੀਂ ਸਮਾਜ ਦੇ ਚੰਗੇ ਕੰਮਾਂ ਵਾਸਤੇ ਲੰਗਰ ਲਾਈਦਾ ਹੈ। ਕਈ ਲੋਕ ਦਵਾਈਆਂ ਦਾ ਵੀ ਲੰਗਰ ਲਾਉਂਦੇ ਨੇ, ਮੈਡੀਸਨ ਦਾ ਵੀ ਲੰਗਰ ਲਾਉਂਦੇ ਨੇ, ਕਈ ਲੋਕ ਖਾਣ ਪੀਣ ਦਾ ਲੰਗਰ ਲਾਉਂਦੇ ਨੇ, ਪਰ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਡੇਰਾ ਬਾਬਾ ਨਾਨਕ ਵਿਖੇ ਇੱਕ ਆਕਸੀਜਨ ਦਾ ਲੰਗਰ ਲੱਗਾ। ਆਕਸੀਜਨ ਦਾ ਲੰਗਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਜਿਹਦੇ ਵਿੱਚ ਪੇੜ ਪੌਦੇ ਜਿਹੜੇ ਨੇ ਲਗਾਏ ਜਾ ਰਹੇ ਨੇ ਅਤੇ ਲੋਕਾਂ ਨੂੰ ਇੱਕ ਸੰਦੇਸ਼ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ ਦਿੱਤਾ ਜਾ ਰਿਹਾ। ਪ੍ਰਕਾਸ਼ ਦਿਹਾੜੇ 'ਤੇ ਕਿਸ ਤਰ੍ਹਾਂ ਦਾ ਸੰਦੇਸ਼ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜਿਸ ਤਰੀਕੇ ਦੇ ਨਾਲ ਫੁੱਲ ਜਿਹੜੇ ਇੱਥੇ ਸਜਾਏ ਗਏ ਨੇ ਉਹ ਤੁਹਾਨੂੰ ਆਪਣੇ ਆਪ ਹੀ ਬਿਆਨ ਕਰ ਰਹੇ ਨੇ ਕਿ ਕਿਸ ਤਰੀਕੇ ਨਾਲ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਜਿਹੜੇ ਨੇ ਇਹ ਫੁੱਲ ਲਗਾਏ ਗਏ ਨੇ। ਔਰ ਇਹਨਾਂ ਫੁੱਲਾਂ ਦੇ ਵਿੱਚ ਜਿਹੜੀ ਮੇਨ ਜਿਨ੍ਹਾਂ ਨੇ ਲਗਾਏ ਨੇ ਉਹ ਨੇ ਸਾਡੇ ਨਾਲ ਬਾਬਾ ਜੀ, ਬਾਬਾ ਮਨਿੰਦਰ ਸਿੰਘ ਜੀ, ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ। ਬਾਬਾ ਜੀ ਕੀ ਹੈ ਜੀ ਇਹ ਸਾਰਾ? ਕਲ ਤਾਰਨ ਗੁਰੂ ਨਾਨਕ ਆਇਆ ਜਹਰ ਪੀਰ ਜਗਤ ਗੁਰ ਬਾਬਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਦੇ। ਅੱਜ ਇੱਕ ਹੋਰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਲਾਂਘਾ ਵੀ ਕਰਤਾਰਪੁਰ ਸਾਹਿਬ ਖੁੱਲ੍ਹਿਆ, ਉਹਦੀ ਵੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆਪੋ ਆਪਣੀਆਂ ਭਾਵਨਾਵਾਂ ਦੇ ਨਾਲ ਮਨਾ ਰਹੀ ਹੈ, ਆਪੋ ਆਪਣੇ ਤਰੀਕਿਆਂ ਦੇ ਨਾਲ ਮਨਾ ਰਹੀਆਂ, ਸਰਕਾਰਾਂ ਵੀ ਮਨਾ ਰਹੀਆਂ, ਸਾਰੇ ਧਰਮਾਂ ਵਾਲੇ ਮਨਾ ਰਹੇ ਆ ਸਤਿਗੁਰਾਂ ਦਾ ਪ੍ਰਕਾਸ਼ ਪੁਰਬ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸਾਂਝੀ ਬਾਲਚਾ ਦਾ ਸੰਦੇਸ਼ ਦਿੱਤਾ, ਏਕ ਪਿਤਾ ਏਕ ਸਕੇ ਹਮਬਾਰਕ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਆਪ ਜੀਆਂ ਦੇ ਪਾਵਨ ਬਚਨਾਂ 'ਤੇ ਪਹਿਰਾ ਦਿੰਦੇ ਹਾਂ। ਪਿਛਲੇ 28 ਸਾਲ ਤੋਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਜੋ ਸੰਦੇਸ਼ ਉਪਦੇਸ਼ ਸਤਿਗੁਰੂ ਨੇ ਦਿੱਤਾ ਸੀ ਧਰਤੀ ਨੂੰ ਬਚਾਉਣ ਲਈ, ਧਰਤੀ ਮਾਤਾ ਨੂੰ ਬਚਾਉਣ ਲਈ, ਪੌਣ ਅਤੇ ਪਾਣੀ ਨੂੰ ਬਚਾਉਣ ਲਈ, ਉਸ ਵੇਲੇ ਜਦੋਂ ਇੰਨਾ ਪੋਲਿਊਸ਼ਨ ਨਹੀਂ ਸੀ, ਇੰਨੇ ਕਾਰਖਾਨੇ ਵੀ ਨਹੀਂ ਸੀ, ਉਸ ਵੇਲੇ ਵੀ ਸਤਿਗੁਰਾਂ ਨੇ ਇਹ ਚਿੰਤਾ ਜ਼ਾਹਰ ਕੀਤੀ ਕਿ ਪੌਣ ਅਤੇ ਪਾਣੀ ਨੂੰ ਬਚਾਇਆ ਜਾਵੇ, ਧਰਤੀ ਨੂੰ ਬਚਾਇਆ ਜਾਵੇ। ਜੀ ਦਇਆ ਪ੍ਰਵਾਨ ਦਾ ਹੋਕਾ ਦਿੱਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਸੁਨੇਹਾ ਦਿੰਦੇ ਹਾਂ। ਦਾਸਾਂ ਵੱਲੋਂ ਪਿਛਲੇ ਢੇਰ ਸਮੇਂ ਤੋਂ ਗ੍ਰੀਨ ਗੰਗਾ ਲਹਿਰ ਦੇ ਤਹਿਤ ਇਹ ਉਪਰਾਲਾ ਕੀਤਾ ਜਾ ਰਿਹਾ। ਇਹ ਉਸ ਪਾਵਨ ਧਰਤੀ 'ਤੇ ਅੱਜ ਖਲੋਤੇ ਹਾਂ ਜਿੱਥੇ ਬਾਬਾ ਨਾਨਕ ਸਾਹਿਬ ਜੀ ਨੇ ਲਗਭਗ 17-18 ਸਾਲ ਆਪ ਜੀ ਦੇ ਚਰਨ ਕਮਲ ਇਸ ਧਰਤੀ ਨੂੰ ਬਖਸ਼ੇ ਹੈ, ਇਸ ਧਰਤੀ ਨੂੰ ਭਾਗ ਲਾਇਆ। ਇਸ ਧਰਤੀ 'ਤੇ ਆ ਕੇ ਦਾਸਾਂ ਨੇ ਵੀ ਸੰਗਤਾਂ ਦੀ ਸੇਵਾ ਵਿੱਚ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਯਤਨ ਕੀਤਾ ਹੈ। 5,550 ਗਮਲਿਆਂ ਦੇ ਨਾਲ ਏਕਾ ਲਿਖਿਆ ਫੱਟੀ 'ਤੇ ਪਾਂਧੇ ਦੀ ਫੱਟੀ ਬਣਾਈ ਗਈ ਹੈ। ਬਚਪਨ ਦੇ ਦਿਨਾਂ ਵਿੱਚ ਜਦੋਂ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਮਾਤਾ ਪਿਤਾ ਨੇ ਦੁਨਿਆਵੀ ਵਿੱਦਿਆ ਦੇਣ ਲਈ ਪਾਂਧੇ ਕੋਲ ਭੇਜਿਆ ਅਤੇ ਪਾਂਧੇ ਨੇ ਫੱਟੀ 'ਤੇ ਏਕਾ ਲਿਖ ਕੇ ਪੜ੍ਹਨ ਲਈ ਆਖਿਆ ਹੈ ਅਤੇ ਸਤਿਗੁਰਾਂ ਨੇ ਅੱਗੋਂ ਉਹਨੂੰ ਪੜ੍ਹਾ ਦਿੱਤਾ, ਏਕੇ ਦੇ ਅਰਥ ਸਮਝਾ ਦਿੱਤੇ ਸਾਰੇ ਸੰਸਾਰ ਨੂੰ, ਪਾਂਧੇ ਨੂੰ ਵੀ ਅਤੇ ਸਾਰੇ ਸੰਸਾਰ ਨੂੰ, ਇਹ ਅਰਥ ਕੀ ਸਨ ਏਕੇ ਦੇ? ਏਕ ਪਿਤਾ ਏਕ ਸਕੇ ਹਮਬਾਰਕ। ਮੈਂ ਕੈਮਰਾਮੈਨ ਨੂੰ ਬੇਨਤੀ ਵੀ ਕਰਾਂਗਾ ਦਿਖਾ ਰਹੇ ਉਹਦੇ ਸਾਡੇ ਕੈਮਰਾਮੈਨ ਜਿਹੜੇ ਨੇ ਐਸੋ ਤੁਹਾਡਾ ਜਿਹੜਾ ਏਕਮ ਹੈ ਉਹ ਹੀ ਸਾਰਾ ਦਿਖਾ ਰਹੇ ਨੇ ਔਰ ਜਿਹੜਾ ਹੈਗਾ ਉਹ ਵਿਸਤ੍ਰਿਤ ਜਾਣਕਾਰੀ ਵੀ ਦੇ ਰਹੇ ਨੇ ਵੀਡੀਓ ਦੇ ਮਾਧਿਅਮ ਦੇ ਨਾਲ ਜੀ। ਅੱਛਾ, ਉਸ ਤੋਂ ਬਾਅਦ ਜੀ ਕੀ ਕਹਿਣਾ ਚਾਹੋਗੇ? ਇਹ ਜੋ ਫੱਟੀ ਬਣਾਈ ਗਈ ਹੈ, ਇੱਕ ਤਾਂ ਇਹ ਜਦੋਂ ਬਟਾਲੇ ਤੋਂ ਸੜਕ ਆਉਂਦੀ ਹੈ ਦਰਸ਼ਨੀ ਡਿਊਟੀ ਦੇ ਬਿਲਕੁਲ ਕਰੀਬ ਹੈ, ਜਿਉਂ ਆਇਆ ਸੰਗਤਾਂ ਨੂੰ ਕਹਿਣ ਲਈ ਇੱਕ ਬਹੁਤ ਵੱਡਾ ਗੁਲਦਸਤੇ ਦੇ ਰੂਪ 'ਚ 5,500 ਫੁੱਲਾਂ ਦੇ ਗਮਲਿਆਂ ਦੇ ਨਾਲ ਮੈਂ ਸਭ ਸੰਗਤਾਂ ਨੂੰ ਜੋ ਪਹੁੰਚ ਰਹੀਆਂ ਇੱਥੇ ਉਹਨਾਂ ਨੂੰ ਜਿਉਂ ਆਇਆ ਕਹਿੰਦਾ ਇੱਕ ਗੁਲਦਸਤਾ ਲੈ ਕੇ ਅਸੀਂ ਇੱਥੇ ਖਲੋਤੇ ਹਾਂ। ਇਹਦਾ ਇਸ ਫੱਟੀ ਦਾ ਸਾਈਜ਼ ਜੋ ਪਾਂਧੇ ਦੀ ਫੱਟੀ ਹੈ 150 ਫੁੱਟ ਲੰਬੀ ਅਤੇ 80 ਫੁੱਟ ਚੌੜੀ ਹੈ। ਹਾਈਬ੍ਰਿਡ ਗੇਂਦੇ ਜਿਹਦੇ ਬੀਜ ਵੀ ਬਾਹਰੋਂ ਹੋਲੈਂਡ ਤੋਂ ਮੰਗਵਾਏ ਸੀ, ਪਿਛਲੇ ਕਰੀਬ 2.5 ਮਹੀਨੇ ਤੋਂ ਅਸੀਂ ਤਿਆਰੀ ਕਰ ਰਹੇ ਸੀ। ਦੋ ਰੰਗ ਇਸ ਇਹਦੇ ਵਿੱਚ ਇਸਤੇਮਾਲ ਕੀਤੇ ਹੈ, ਇੱਕ
ਗੂੜਾ ਸੰਤਰੀ ਤੇ ਇੱਕ ਜੈਲੋ ਪੀੜਾ ਕਲਰ। ਇਹਨਾਂ ਦੇ ਨਾਲ ਅਸੀਂ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਜੰਗੀ ਪੱਧਰ 'ਤੇ ਇਹਨੂੰ ਬਣਾਉਂਦੇ ਆਏ ਹਾਂ ਅਤੇ ਕੱਲ੍ਹ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਇਹਨਾਂ ਨੂੰ ਇਸ ਫੱਟੀ ਨੂੰ ਸੰਗਤਾਂ ਦੇ ਰੂਬਰੂ ਵੀ ਕੀਤਾ, ਦਰਸ਼ਨਾਂ ਦੇ ਅਸੀਂ ਖੋਲ੍ਹਿਆ ਅਤੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਦਰਸ਼ਨ ਵੀ ਕਰਨ। ਜਿੱਥੇ ਫੱਟੀ ਬਣਾਈ ਗਈ ਹੈ ਸੰਗਤਾਂ ਨੂੰ ਉਸ ਇਤਿਹਾਸ ਜੋ ਬਾਬੇ ਨਾਨਕ ਦੇ ਬਚਪਨ ਦੇ ਦਿਨਾਂ ਨੂੰ ਯਾਦ ਕਰਾਉਂਦੀ ਹੈ, ਜੋ ਸਾਂਝੀ ਵਾਲਤਾ ਦਾ, ਇੱਕ ਪਰਮੇਸ਼ਰ ਦਾ, ਇੱਕ ਪ੍ਰਭੂ ਦਾ, ਇੱਕ ਗੌਡ ਦਾ, ਪਰਮਾਤਮਾ ਦਾ ਸੁਨੇਹਾ ਦਿੰਦਾ ਏ ਕਾ। ਉੱਥੇ ਹੀ ਡੇਰਾ ਬਾਬਾ ਨਾਨਕ ਦੀ ਧਰਤੀ ਨੂੰ ਮਹਿਕਾਂ ਦਾ ਸ਼ਹਿਰ ਬਣਾਉਣ ਲਈ ਗੁਜ਼ਾਰਿਸ਼ ਬੇਨਤੀ ਕੀਤੀ ਸੀ ਪੰਜਾਬ ਸਰਕਾਰ ਨੂੰ ਦਾਸ ਨੇ ਕੁਝ ਸਮਾਂ ਪਹਿਲਾਂ। ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਇਹਦੀ ਆਗਿਆ ਦਿੱਤੀ। ਜਿਵੇਂ ਚੰਡੀਗੜ੍ਹ ਦੀ ਸਿਟੀ ਆਫ ਬਿਊਟੀਫੁੱਲ ਹੈ, ਜੈਪੁਰ ਪਿੰਕ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਮੈਂ ਬੇਨਤੀ ਕੀਤੀ ਸੀ ਹੁਣ ਡੇਰਾ ਬਾਬਾ ਨਾਨਕ ਨੂੰ ਵੀ ਲੋਕ, ਜਿਹੜਾ ਸੰਸਾਰ ਦੇ ਲੋਕ ਹੈ, ਖੁਸ਼ਬੂਆਂ ਦਾ, ਮਹਿਕਾਂ ਦਾ ਸ਼ਹਿਰ ਕਰਕੇ ਜਾਣਨ, ਦੀ ਸਿਟੀ ਆਫ ਫ੍ਰੈਗਨੈਂਸ ਦੇ ਨਾਮ ਨਾਲ ਇਹਦੀ ਪਹਿਚਾਣ ਬਣੇ। ਉਹਦੇ ਲਈ ਅਸੀਂ ਉਪਰਾਲਾ ਕੀਤਾ, ਲਗਭਗ 15,000 ਇੱਥੇ ਪੇੜ ਪੌਦੇ ਜੋ ਖੁਸ਼ਬੂ ਵਾਲੇ ਆ, ਜੋ ਬਾਹਰਲੇ ਸੂਬਿਆਂ ਤੋਂ ਵੀ ਮੰਗਵਾਏ, ਜਿਵੇਂ ਪੂਨੇ ਤੋਂ ਜਾਂ ਕਲਕੱਤੇ ਤੋਂ ਆਦਿ ਵੱਡੇ ਸ਼ਹਿਰਾਂ ਤੋਂ ਵੀ ਕਈ ਤਰ੍ਹਾਂ ਦੇ ਪੇੜ ਪੌਦੇ ਅਸੀਂ ਮੰਗਵਾਏ ਆ, ਬਹੁਤ ਵਧੀਆ ਵਰਾਇਟੀਆਂ ਜੋ ਖੁਸ਼ਬੂ ਵਾਲੀਆਂ, ਉਹ ਇੱਥੇ ਪਲਾਂਟ ਕੀਤੇ ਜਾ ਰਹੇ। 70% ਅਸੀਂ ਡੇਰਾ ਬਾਬਾ ਨਾਨਕ ਸਾਹਿਬ ਦੀ ਧਰਤੀ 'ਤੇ ਪੇੜ ਲਾ ਚੁੱਕੇ ਹਾਂ। ਜਿਹੜੇ ਅਸੀਂ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਜਿਹੜੇ ਇਹ ਪੇੜ ਨੇ, ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੇੜ ਲੱਗੇ ਨੇ ਆਕਸੀਜਨ ਦੇ ਪੇੜ ਨੇ, ਔਰ 70% ਡੇਰਾ ਬਾਬਾ ਨਾਨਕ ਦੀ ਸੜਕਾਂ ਦੇ ਉੱਤੇ ਜਿਹੜੇ ਇਹ ਪੇੜ ਲੱਗ ਚੁੱਕੇ ਨੇ। ਬਾਬਾ ਜੀ, ਕਿੰਨੇ ਕੁ ਪੌਦੇ ਪੇੜ ਜਿਹੜੇ ਲਾਏ ਹੈ, ਉਹਨਾਂ ਦੀ ਗਿਣਤੀ ਕਿੰਨੀ ਹੈ? ਟੋਟਲ ਅਸੀਂ 15,550 ਲਾਉਣੇ ਸੀ ਅਤੇ 10,000-12,000 ਦੇ ਕਰੀਬ ਲੱਗ ਚੁੱਕੇ ਆ, ਅਤੇ ਬਾਕੀ ਅਸੀਂ ਹੁਣ ਹੌਲੀ ਹੌਲੀ ਲੱਗਣਗੇ, ਕਿਉਂ ਥੋੜ੍ਹੀ ਸਰਦੀ ਦਾ ਪ੍ਰਕੋਪ ਹੋਣਾ ਅੱਗੇ, ਅਤੇ ਜਿਉਂ ਹੀ ਮੌਸਮ ਖੁੱਲ੍ਹੇਗਾ ਅਤੇ ਇਹ ਸਾਰੇ ਪੇੜ ਅਸੀਂ ਕੰਪਲੀਟ ਕਰਾਂਗੇ ਇਹਨੂੰ 2-3 ਮਹੀਨੇ ਦੇ ਵਿੱਚ ਵਿੱਚ। ਦੂਜੀ ਬੇਨਤੀ ਹੈ, ਇਹ ਜੋ ਏਕਮ ਬਣਿਆ ਹੋਇਆ, ਇਸ ਤੋਂ ਬਾਅਦ ਅਸੀਂ ਇਹਨੂੰ ਜਿਹੜਾ ਰਸਤਾ ਜਾਂਦਾ ਕੋਰੀਡੋਰ ਸਿੱਧਾ ਕਰਤਾਰਪੁਰ ਸਾਹਿਬ ਨੂੰ, ਅਤੇ NH1 ਵਾਲੇ ਜੋ ਨੈਸ਼ਨਲ ਹਾਈਵੇ ਅਥਾਰਟੀ ਹੈ, ਉਹ ਸਵੇਰੇ ਆਏ ਸੀ ਅਤੇ ਉਹਨਾਂ ਨਾਲ ਸਾਡਾ ਇਹ ਰਾਬਤਾ ਹੋਇਆ ਵੀ ਇਹ ਸਾਰੇ ਉਸ ਰਸਤੇ 'ਤੇ, ਉਸ ਸੜਕ 'ਤੇ, ਕੋਰੀਡੋਰ 'ਤੇ ਇਹਨਾਂ ਨੂੰ ਸਾਰਿਆਂ ਨੂੰ ਪਲਾਂਟ ਅਸੀਂ ਕਰ ਦੇਣਾ। ਤੁਸੀਂ ਉਹਦੀ ਮੁਫਤ ਪਲਾਂਟੇਸ਼ਨ ਕਰੋਗੇ? ਜੀ ਬਿਲਕੁਲ, ਇਹ ਸਾਰਾ ਕੁਝ ਜੋ ਵੀ ਮੈਂ ਆਪ ਜੀ ਨੂੰ ਬੇਨਤੀ ਕੀਤੀ, ਸਾਰਾ ਕੁਝ ਫਰੀ ਹੈ। ਹਾਂ, ਇੱਕ ਬੇਨਤੀ ਮੈਂ ਜ਼ਰੂਰ ਕਰਦਾ, ਸਾਨੂੰ ਪੰਜਾਬ ਸਰਕਾਰ ਨੇ ਬਹੁਤ ਸਹਿਯੋਗ ਦਿੱਤਾ। ਇੱਥੇ ਬਾਬਾ ਸੁਖਦੀਪ ਸਿੰਘ ਜੀ ਬੇਦੀ ਸਾਹਿਬ ਜਿਨ੍ਹਾਂ ਨੇ ਸਾਨੂੰ ਇਹ ਜੋ ਜਗ੍ਹਾ, ਜੋ ਪਲਾਟ ਹੈ ਜਿੱਥੇ ਅਸੀਂ ਇਹ ਏਕਮ ਬਣਾਇਆ ਹੋਇਆ, ਅਤੇ 550 ਸਾਲ ਜੋ ਫੁੱਲਾਂ ਦੇ ਨਾਲ, ਗਮਲਿਆਂ ਦੇ ਨਾਲ ਲਿਖੇ ਹੋਏ ਆ, ਇਹ ਜੋ ਜਗ੍ਹਾ ਉਹਨਾਂ ਨੇ ਸਾਨੂੰ ਫਰੀ ਵਿੱਚ ਮੁਹੱਈਆ ਕਰਾਈ ਹੈ, ਉਹਨਾਂ ਦਾ ਵੀ ਅਸੀਂ ਸ਼ੁਕਰਗੁਜ਼ਾਰ ਹਾਂ ਅਤੇ ਸਰਕਾਰ ਦੇ ਵੀ ਸ਼ੁਕਰਗੁਜ਼ਾਰ ਹਾਂ। ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ, ਉੱਥੇ ਮੈਂ ਪੰਜਾਬ ਸਰਕਾਰ ਦਾ ਵੀ ਸ਼ੁਕਰਗੁਜ਼ਾਰ ਹਾਂ। ਮੇਰਾ ਸਵਾਲ ਹੈ ਕਿ ਇੰਨੇ ਫੁੱਲ ਲਗਾਉਣ ਦਾ ਮਕਸਦ ਕੀ ਹੈ, ਕੀ ਸੰਦੇਸ਼ ਕੀ ਸੰਗਤ ਨੂੰ ਦੇਣ ਦਾ? ਇੱਕ ਤਾਂ ਇਹ ਸਾਡਾ ਖੁਸ਼ੀਆਂ ਦਾ ਇਹ ਤਿਉਹਾਰ ਹੈ, ਬਹੁਤ ਵੱਡਾ, 550 ਸਾਲ ਹੈ, ਅਤੇ ਜਿਹੜੇ ਸਾਡੇ ਜਿੰਨੇ ਵੀ ਸੰਸਕਾਰ ਹੈ ਜਨਮ ਤੋਂ ਲੈ ਕੇ, ਉਹ ਸਾਰੇ ਸੰਸਕਾਰ ਜਿਹੜੇ ਫੁੱਲਾਂ ਨਾਲ ਸ਼ੁਰੂ। ਈਵਨ ਮੈਂ ਤਾਂ ਇਹ ਕਹਿੰਦਾ ਵੀ ਗੁਰਦੁਆਰੇ ਮੰਦਰ ਵੀ ਜਾਈਏ ਤਾਂ ਵੀ ਅਸੀਂ ਫੁੱਲ ਲੈ ਕੇ ਜਾਂਦੇ ਹਾਂ, ਇਹ ਸਾਡੀ ਉਹ ਭਾਵਨਾ ਹੈ, ਅਸੀਂ ਸੰਗਤਾਂ ਨੂੰ ਜਿਉਂ ਆਇਆ ਆਖਣ ਲਈ ਅਤੇ ਸਤਿਗੁਰਾਂ ਦੇ ਚਰਨਾਂ 'ਤੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਇਹ ਅਸੀਂ ਇੱਥੇ ਫੁੱਲ ਸਜਾਏ ਹੈ। ਖੁਸ਼ੀਆਂ ਅਤੇ ਖੇੜੇ ਜੋ ਗੁਰੂ ਨਾਨਕ ਸਾਹਿਬ ਜੀ ਸਭ ਨੂੰ ਵੰਡਣ, ਜਿਵੇਂ ਫੁੱਲ ਖਿੜੇ ਹੋਏ ਆ, ਸਭ ਦੇ ਚਿਹਰਿਆਂ 'ਤੇ ਇਹ ਖੁਸ਼ੀ ਆਵੇ। ਜਿੱਥੇ ਮੈਂ ਆਪ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ, ਉੱਥੇ ਮੈਂ ਜਗਬਾਣੀ TV ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦਾ, ਜੋ ਗੁਰੂ ਨਾਨਕ ਸਾਹਿਬ ਜੀ ਦੇ ਇਸ ਪੁਰਬ ਨੂੰ, ਉਤਸਵ ਨੂੰ, ਪ੍ਰਕਾਸ਼ ਪੁਰਬ 550 ਸਾਲਾਂ ਨੂੰ ਸਾਰੇ ਸੰਸਾਰ ਤੱਕ ਪਹੁੰਚਾ ਰਹੇ ਆ, ਸੰਦੇਸ਼ ਪਹੁੰਚਾ ਰਹੇ, ਆਪ ਜੀ ਦੇ ਉਪਦੇਸ਼ ਪਹੁੰਚਾ ਰਹੇ ਆ, ਉੱਥੇ ਚੈਨਲ ਵਾਲੇ ਵੀਰਾਂ ਦਾ ਵੀ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਸੀਂ ਦੇਖ ਰਹੇ ਹੋ ਕਿ ਕਿੰਨੇ ਰੰਗ ਬਿਰੰਗੇ ਫੁੱਲ ਨੇ ਔਰ ਇਹਨਾਂ ਨੂੰ ਵਿਸ਼ੇਸ਼ ਜਿਹੜਾ ਤਿਆਰ ਕੀਤਾ ਗਿਆ ਬਾਬੇ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਪਰਵ ਨੂੰ ਲੈ ਕੇ ਅਤੇ ਉਸ ਤੋਂ ਬਾਅਦ ਇਹ ਫੁੱਲਾਂ ਦੀ ਜਿਹੜੀ ਇੱਕ ਏਕਮ ਜਿਹੜਾ ਬਾਬੇ ਨਾਨਕ ਦਾ ਜਿਹੜਾ ਸੰਦੇਸ਼ ਸੀ ਉਹਨੂੰ ਕੀਤਾ ਗਿਆ ਅਤੇ ਇਹ ਫੱਟੀ ਬਣਾਈ ਗਈ ਹੈ ਕਿਉਂਕਿ ਅਕਸਰ ਜਦੋਂ ਛੋਟੇ ਜਵਾਕ ਜਿਹੜੇ ਸੀ ਉਹ ਸਕੂਲਾਂ 'ਚ ਜਾਂਦੇ ਸੀ ਅਤੇ ਇੱਕ ਫੱਟੀ ਉਹਨਾਂ ਦੇ ਹੱਥ 'ਚ ਹੁੰਦੀ ਸੀ। ਇਸ ਤਰ੍ਹਾਂ ਹੀ ਇੱਕ ਕਲਪਨਾ ਕੀਤੀ ਗਈ ਹੈ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਕੂਲ ਗਏ ਸੀ ਜਾਂ ਜਿਹੜੇ ਪੈਂਦੇ ਕੋਲ ਗਏ ਸੀ ਉਹਨਾਂ ਨੂੰ ਇੱਕ ਫੱਟੀ ਦਿੱਤੀ ਗਈ ਸੀ ਇੱਕ ਤਰ੍ਹਾਂ ਦੀ ਔਰ ਉਸ ਫੱਟੀ 'ਤੇ ਜਿਹੜਾ ਏਕਮ ਜਿਹੜਾ ਲਿਖਿਆ ਗਿਆ ਸੀ ਜਿਹਨੂੰ ਅੱਜ ਕੱਲ੍ਹ ਅਸੀਂ ਸਕੂਲ ਕਹਿੰਦੇ ਹਾਂ ਜਾਂ ਅਧਿਆਪਕ ਕਹਿੰਦੇ ਹਾਂ ਟੀਚਰ ਕਹਿੰਦੇ ਹਾਂ ਬੜੇ ਨਾਮ ਦਿੱਤੇ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਹੈ ਕਿ ਇਹ ਜਿਹੜਾ ਫੁੱਲਾਂ ਦੀ ਸੇਜ ਸਜਾਉਣ ਦਾ ਕੰਮ ਜਿਹੜਾ ਜਗ੍ਹਾ ਦੇ ਉੱਤੇ ਕੀਤਾ ਜਾ ਰਿਹਾ ਔਰ ਫੁੱਲਾਂ ਦੀ ਮਹਿਕ ਜਿਹੜੀ ਇੰਨੀ ਜ਼ਿਆਦਾ ਹੈ ਉਹ ਸਾਹਮਣੇ ਨਜ਼ਰ ਆ ਰਹੀ ਹੈ ਔਰ ਕਿੰਨੇ ਖੁਸ਼ਬੂਦਾਰ ਨੇ ਇਹਦਾ ਅੰਦਾਜ਼ਾ ਤੁਸੀਂ ਖੁਦ ਹੀ ਲਗਾ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਸ ਜਗ੍ਹਾ 'ਤੇ ਏਕਮ ਲਿਖਿਆ ਹੈ ਔਰ ਸਿੱਧੇ ਤੌਰ 'ਤੇ ਦਰਸਾਉਂਦਾ ਹੈ ਕਿ ਕਿੰਨਾ ਕੀ ਖੁਸ਼ਗੁਜ਼ਾਰ ਮੌਸਮ ਹੋਏਗਾ ਇਸ ਜਗ੍ਹਾ ਦੇ ਉੱਤੇ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਕਈ ਤਰ੍ਹਾਂ ਦੀ ਤਿੱਤਲੀਆਂ ਔਰ ਕਈ ਤਰ੍ਹਾਂ ਦੇ ਐਸੇ ਜਿਹੜੇ ਪੰਛੀ ਨੇ ਬਰਡ ਨੇ ਉਹ ਵੀ ਇੱਥੇ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਵੀ ਇਹਨਾਂ ਹਰਿਆਵਲ ਨਾਲ ਪਿਆਰ ਹੁੰਦਾ ਅਤੇ ਇਹ ਇੱਕ ਹਰਿਆਵਲ ਦੇ ਆਕਸੀਜਨ ਦਾ ਜਿਹੜਾ ਇੱਕ ਸੰਦੇਸ਼ ਜਿਹੜਾ ਦਿੱਤਾ ਜਾ ਰਿਹਾ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਲੰਗਰ ਲਗਾਉਣੇ ਚਾਹੀਦੇ ਹੈ ਔਰ ਜਿਸ ਤਰ੍ਹਾਂ ਉਹਨਾਂ ਦਾ ਆਖਿਆ ਕਿ 10,000 ਦੇ ਕਰੀਬ ਪੌਦੇ ਉਹ ਲਾ ਚੁੱਕੇ ਨੇ ਅਤੇ ਉਹਨਾਂ ਦੀ ਕੇਅਰ ਵੀ ਉਹ ਖੁਦ ਆਪ ਕਰਨਗੇ ਅਤੇ ਪੂਰੇ ਪੰਜਾਬ ਭਰ ਦੇ ਵਿੱਚ ਉਹਨਾਂ ਕੋਲ ਇਹ ਮੁਹਿੰਮ ਚਲਾਈ ਜਾ ਰਹੀ ਅਤੇ ਹੁਣ ਉਹਨਾਂ ਦਾ ਆਖਣਾ ਹੈ ਕਿ ਉਹ ਇਸ ਮੁਹਿੰਮ ਨੂੰ ਚਲਾਉਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਆਕਸੀਜਨ ਦੇ ਲੰਗਰ ਲਾਂਗੇ ਜਿਹਦੇ ਨਾਲ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ ਔਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀ ਐਕਸਕਲੂਸਿਵ ਤਸਵੀਰ ਜਿਹੜੀ ਹੈ ਜਗਬਾਣੀ TV 'ਤੇ ਕਿ ਕਿਸ ਤਰੀਕੇ ਦਾ ਇੱਕ ਅਨੋਖਾ ਜਿਹੜਾ ਲੰਗਰ ਜਿਹੜਾ ਜਗ੍ਹਾ ਦੇ ਉੱਤੇ ਲਾਇਆ ਗਿਆ ਹੈ ਔਰ ਇੱਕ ਸੰਦੇਸ਼ ਹੈ ਏਕ ਪਿਤਾ ਏਕਮ ਕੇ ਹਮ ਬਾਰਕ ਤੋ ਇਹ ਸੰਦੇਸ਼ ਨੂੰ ਅੱਜ ਜ਼ਰੂਰਤ ਹੈ ਕਿ ਅਸੀਂ ਸਭ ਲੋਕ ਮੰਨੀਏ ਔਰ ਅਸੀਂ ਫਿਰ ਬਾਬਾ ਜੀ ਨੂੰ ਕਹਾਂਗੇ ਕਿ ਬਾਬਾ ਜੀ ਆਉਣ ਵਾਲੇ ਸਮੇਂ 'ਚ ਇੱਦਾਂ ਦੇ ਪ੍ਰਯਾਸ ਹੋਰ ਕੀਤੇ ਜਾਣਗੇ। ਬਿਲਕੁਲ ਜੀ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ ਪਹਿਲਾਂ ਵੀ ਕਰਦੇ ਰਹੇ, ਆਉਣ ਵਾਲੇ ਸਮੇਂ 'ਚ ਵੀ ਯਤਨਸ਼ੀਲ ਰਹਾਂਗੇ ਪੰਜਾਬ ਦੀ ਧਰਤੀ ਬਲਕਿ ਹਿੰਦੁਸਤਾਨ ਦੀ ਧਰਤੀ ਨੂੰ ਹਰਿਆ ਭਰਿਆ ਕਰਨ ਲਈ, ਗੁਰੂਆਂ ਦੀ ਪੀਰਾਂ ਪੈਗੰਬਰਾਂ ਦੀ ਧਰਤੀ ਨੂੰ ਸਾਡਾ ਸਭ ਦਾ ਹੀ ਫਰਜ਼ ਬਣਦਾ। ਸਮੇਂ ਦੀ ਲੋੜ ਹੈ ਕਿ ਵੱਧ ਤੋਂ ਵੱਧ ਪੇੜ ਪੌਦੇ ਲਾਈਏ ਅਤੇ 550 ਸਾਲ ਚੌਗਿਰਦੇ ਨਾਲ, ਮੈਂ ਤਾਂ ਨਾਂ ਰੱਖਿਆ 550 ਸਾਲ ਚੌਗਿਰਦੇ ਦੇ ਨਾਲ, ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਹੈ, ਇੱਕ ਬਹੁਤ ਸਾਡੇ ਕੋਲ ਸ਼ੁਭ ਮੌਕਾ ਹੈ ਜੇ ਇਸ ਮੌਕੇ ਦਾ ਅਸੀਂ ਸਦ ਉਪਯੋਗ ਕਰੀਏ ਅਤੇ ਆਪਣਾ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਸਾਰੇ ਸੰਸਾਰ ਤੱਕ ਪਹੁੰਚਾਈਏ ਅਤੇ ਉਸੇ ਹੀ ਭਾਵਨਾ ਦੇ ਨਾਲ ਇਹ ਜੋ 150 ਫੁੱਟ ਬਾਈ 80 ਫੁੱਟ ਦੀ ਇਹ ਫੱਟੀ ਬਣਾਈ ਹੈ ਜਿੱਥੇ ਅਸੀਂ ਖਲੋਤੇ ਸੰਗਤਾਂ ਦਰਸ਼ਨ ਕਰਨੇ ਹਾਂ ਡੇਰਾ ਬਾਬਾ ਨਾਨਕ ਵਿਖੇ, ਅਤੇ ਇਹਦੀ ਆਪ ਡੁੰਡਰੀ ਦੇ ਵੀ ਦਰਸ਼ਨ ਕੀਤੇ ਆ, ਇਹ ਵੀ ਕਾਫੀ ਵੱਡੀ ਹੈ ਜੋ ਡੁੰਡਰੀ ਮਤਲਬ ਜੋ ਫੱਟੀ ਉੱਪਰੋਂ ਫੜਨੇ ਨੂੰ ਇੱਕ ਬਣਿਆ ਹੁੰਦਾ ਹੈ, ਅਤੇ ਇਹ ਕਈ ਬਹੁਤ ਭਾਵਨਾ ਦੇ ਨਾਲ ਕਈ ਦਿਨਾਂ ਤੋਂ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀ ਅਤੇ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਅਤੇ ਆਉਣ ਵਾਲੇ ਸਮੇਂ 'ਚ ਵੀ ਮੈਂ ਸੰਗਤਾਂ ਨੂੰ ਇੱਕ ਹੋਰ ਬੇਨਤੀ ਕਰੂੰਗਾ ਜੋ ਡੇਰਾ ਬਾਬਾ ਨਾਨਕ ਦੇ ਇੱਥੋਂ ਦੇ ਨਿਵਾਸੀ ਇੱਥੋਂ ਦੇ ਵਸ਼ਿੰਦੇ ਆ ਉਹਨਾਂ ਨੂੰ ਬੇਨਤੀ ਕਰੂੰਗੇ ਇਹ ਜੋ ਪੇੜ ਪੌਦੇ ਲਾਏ ਗਏ ਆ ਜਾਂ ਲਗਾਏ ਜਾਣਗੇ ਹੋਰ ਵੀ, ਇਹ ਇੱਥੋਂ ਦੇ ਨਾਗਰਿਕਾਂ ਦੀ ਪ੍ਰੋਪਰਟੀ ਆ, ਗੁਰੂ ਦੀ ਪ੍ਰੋਪਰਟੀ ਆ, ਇਹਦੀ ਸੇਵਾ ਸੰਭਾਲ ਕਰਨਾ ਉਹਨਾਂ ਦਾ ਵੀ ਉਨਾ ਹੀ ਫਰਜ਼ ਹੈ ਜਿੰਨਾ ਸਾਡਾ। ਆਕਸੀਜਨ ਸਾਨੂੰ ਸਭ ਨੂੰ ਚਾਹੀਦੀ ਹੈ, ਤੋ ਇੰਨੇ ਕੁ ਸ਼ਬਦਾਂ ਦੇ ਨਾਲ ਸਭ ਦਾ ਹੀ ਧੰਨਵਾਦ, TV ਵਾਲੇ ਵੀਰਾਂ ਦਾ ਵੀ ਧੰਨਵਾਦ। ਤੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਸਮਾਜ ਨੂੰ ਇੱਕ ਵਿਲੱਖਣਾ ਜਿਹੜਾ ਸੰਦੇਸ਼ ਜਿਹੜਾ ਇਸ ਜਗ੍ਹਾ ਤੋਂ ਦਿੱਤਾ ਜਾ ਰਿਹਾ ਹੈ ਕਿ ਜਿੱਥੇ ਕਿ ਸਿੱਧੇ ਤੌਰ 'ਤੇ ਕਿਹਾ ਜਾ ਰਿਹਾ ਹੈ ਕਿ ਲੋਕ ਆਕਸੀਜਨ ਦਾ ਲੰਗਰ ਜਿਹੜਾ ਕਿ ਪਹਿਲੀ ਵਾਰ ਵੇਖਣ ਨੂੰ ਮਿਲਿਆ ਅਤੇ ਲੋਕ ਜਿਹੜੇ ਨੇ ਆਪਣੇ ਜੀਵਨ 'ਚ ਹਰਿਆਲੀ ਲਿਆਉਣ ਤੋਂ ਪਹਿਲੇ ਇਸ ਪੂਰੇ ਸਮਾਜ ਸਾਡੇ ਜਿਹੜਾ ਚੁਗਿਰਦਾ ਹੈ ਉਹਦੇ ਵਿੱਚ ਹਰਿਆਲੀ ਲਿਆਈ ਜਾਵੇ, ਇਸ ਤਰ੍ਹਾਂ ਦੇ ਬੂਟੇ ਲਾਏ ਜਾਣ ਜਿਹਦੇ ਨਾਲ ਕਿ ਅਸੀਂ ਪ੍ਰਦੂਸ਼ਣ ਤੋਂ ਨਿਜਾਤ ਪਾ ਸਕੀਏ ਅਤੇ ਇੱਕ ਸਵੱਛ ਸਮਾਜ ਦੀ ਰਚਨਾ ਕਰ ਸਕੀਏ। ਅਤੇ ਉਹਦਾ ਪਹਿਲਾ ਸਟੈਪ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪਰਵ 'ਤੇ ਅੱਜ ਕੀਤਾ ਗਿਆ ਔਰ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਸਟੈਪ ਹੋਰ ਲੋਕ ਲੈਣਗੇ ਜਿਹਦੇ ਨਾਲ ਸਮਾਜ ਦੇ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇਗਾ। ਕੈਮਰਾਮੈਨ ਨਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ TV, ਡੇਰਾ ਬਾਬਾ ਨਾਨਕ, ਗੁਰਦਾਸਪੁਰ।